ਸੋ ਹੈਲੋ ਗਾਈਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿੱਦਾਂ ਸਾਰੇ, ਉਮੀਦ ਸਾਰੇ ਘੈਂਟ ਹੋਣਗੇ। ਤੇ ਮੀਂਹ ਪੈ ਰਿਹਾ ਤੇ ਮੀਂਹ 'ਚ ਵੀ ਅਸੀਂ ਵਲੌਗ ਬਣਾ ਰਹੇ। ਪਹਿਲਾ ਵਲੌਗ ਬਣ ਰਿਹਾ ਸਾਡਾ ਇਹ ਵੀ ਮੀਂਹ ਦੇ ਵਿੱਚ। ਪੂਰਾ ਕੋਈ 10-15 ਦਿਨ ਮੀਂਹ ਦੱਸਿਆ ਵਾ, 2 ਹਫ਼ਤੇ ਉਹ ਭਿੱਜ ਗਏ, ਚੱਲ ਨਹੀਂ। ਅਤੇ ਮੀਂਹ ਦੇ ਵਿੱਚ ਵਲੌਗ ਬਣ ਰਿਹਾ, ਦੇਖੋ ਸਪੈਸ਼ਲ ਕਿੰਨੀ ਮਿਹਨਤ ਕੀਤੀ ਜਾਣ ਦੀ। ਆਹ ਮੀਂਹ ਦਿਖਾ ਲੈ। ਹਾਂ ਦੇਖੋ, ਅਸੀਂ ਗਲੀਆਂ 'ਚ ਜਾ ਰਹੇ ਹਾਂ, ਥੱਲੇ ਦੇਖ ਲਓ ਮੀਂਹ ਪੈ ਰਿਹਾ ਪੂਰਾ। ਇੱਧਰ ਦੇਖ ਲਓ, ਕੋਈ ਨਹੀਂ ਆ, ਸਿਰਫ ਅਸੀਂ ਨਿਕਲੇ ਹਾਂ ਸੂਰਮੇ 'ਚ। ਸੂਰਮੇ ਅੱਜ ਮੀਂਹ ਦੇ ਵਿੱਚ ਸੋਚਿਆ ਵੀ ਵਲੌਗ ਬਣਾਉਂਦੇ ਹਾਂ, ਮੀਂਹ ਦੇ ਵਿੱਚ ਕਦੇ ਵਲੌਗ ਨਹੀਂ ਬਣਾਇਆ। ਅਤੇ ਬਾਕੀ ਇੱਥੇ ਮੌਸਮ ਇੱਦਾਂ ਦਾ ਵਾ, ਛੱਤਰੀ ਕੋਲ ਹੀ ਰੱਖੇ ਮੇਰੇ ਹਿਸਾਬ ਨਾਲ ਫਿਰ ਫਾਇਦਾ ਵਾ, ਕਿਉਂਕਿ ਇੱਥੇ ਮੌਸਮ ਕਦੋਂ ਬਦਲ ਜਾਵੇ ਇੱਥੇ ਪਤਾ ਨਹੀਂ ਲੱਗਦਾ। ਉਹ ਪਤਾ ਲੱਗਦਾ ਹੁਣ ਮੀਂਹ ਪੈਣ ਡਿਆ ਘੜੀ ਨੂੰ, ਭਾਵੇਂ ਧੁੱਪ ਲੱਗ ਜੇ, ਕੋਈ ਨਹੀਂ ਪਤਾ ਲੱਗਦਾ, ਹੋ ਸਕਦਾ ਬਰਫ਼ ਵੀ ਪੈ ਜੇ, ਕੋਈ ਪਤਾ ਨਹੀਂ ਇੱਥੇ ਲੱਗਦਾ। ਮੌਸਮ ਇੱਦਾਂ ਦਾ, ਯੂਰਪ ਦਾ ਮੌਸਮ ਇੱਦਾਂ ਦਾ ਵਾ। ਅਤੇ ਬਾਕੀ ਚਲੋ ਤੁਹਾਨੂੰ ਅੱਗੇ ਵੀ ਦਿਖਾਉਂਦੇ ਹਾਂ, ਕਾਫ਼ੀ ਇੱਥੇ ਆਹ ਕੰਮ ਚੱਲਣ ਡਿਆ ਸੜਕਾਂ ਦਾ, ਅਤੇ ਅਸੀਂ ਥੋੜ੍ਹਾ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਵੀ ਉੱਥੇ ਕੀ ਮਾਹੌਲ ਆ। ਮਿਲਦੇ ਹਾਂ। ਉਹ ਗੋਰੀ ਨੇ ਲੰਘਣਾ ਸੀ, ਉਹਨੇ ਲੰਘਣਾ ਸੀ ਵਿਚਾਰੀ ਨੇ, ਅਸੀਂ ਵਿੱਚ ਖੜੇ ਖੜੋਤੇ। ਅਤੇ ਉਹਨੂੰ ਇਹ ਆ ਵੀ ਇਹ ਵਲੌਗ ਬਣਾਉਣ ਡੇ ਆ, ਉਹਨੂੰ ਇਹ ਚੀਜ਼ ਦਾ ਪਤਾ ਲੱਗ ਗਿਆ। ਅਤੇ ਚਲੋ ਆਪਾਂ ਅੱਗੇ ਤੁਹਾਨੂੰ ਦਿਖਾਉਂਦੇ ਹਾਂ, ਚੱਲਦੇ ਹਾਂ ਮਾਰਕੀਟ ਵਾਲੀ ਸਾਈਡ, ਮਿਲਦੇ ਹਾਂ। ਵੈਸੇ ਕੌਫੀ ਪੀਣ ਚੱਲੇ ਹਾਂ ਅਸਲ 'ਚ, ਇਹ ਨਾ ਜਦੋਂ ਮੀਂਹ ਪੈਂਦਾ ਮੀਂਹ ਦੇ ਵਿੱਚ ਕੌਫੀ ਬਹੁਤ ਵਧੀਆ ਲੱਗਦੀ ਹੈ ਸਾਨੂੰ, ਤਾਂ ਕੌਫੀ ਲੱਗਦੀ ਹੈ, ਬਾਕੀ ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹਦੇ 'ਤੇ ਡਿਪੈਂਡ ਕਰਦਾ। ਚਲੋ ਮਿਲਦੇ ਹਾਂ ਅੱਗੇ, ਚੱਲਦੇ ਹਾਂ। ਆ ਜੇ ਲਾਈਕ ਇੱਥੇ ਨਾ ਬੁੱਢਿਆਂ ਦੀ ਦੇਖ ਰੇਖ ਕਰਦੇ ਆ, ਬਜ਼ੁਰਗਾਂ ਦੀ ਇੱਥੇ ਸਾਂਭਦੇ ਆ ਉਹਨਾਂ ਨੂੰ। ਅਤੇ ਉੱਧਰ ਥੱਲੇ ਪਾਰਕ ਵੀ ਬਣਾਈ ਉਹਨਾਂ ਵਾਸਤੇ, ਮਤਲਬ ਬਾਕੀ ਕਾਫੀ ਮੀਂਹ ਆ, ਤੁਸੀਂ ਦੇਖ ਹੀ ਸਕਦੇ ਹੋ ਬੁਲਬਲਿਆਂ ਵਾਲਾ ਮੀਂਹ ਪੈਣ ਡਿਆ, ਬੁਲਬਲਿਆਂ ਵਾਲਾ ਕਹਿ ਸਕਦੇ ਹਾਂ ਪੰਜਾਬੀ 'ਚ। ਮੀਂਹ ਚੰਗਾ, ਅੱਗੇ ਦੇਖ ਲਓ ਕੋਈ ਨਹੀਂ ਦਿਖ ਰਿਹਾ, ਚਾਹ ਇੱਕ ਬਾਰ ਖੁੱਲੀ ਆ, ਅਸੀਂ ਆ ਬਾਰਾਂ ਵਗੈਰਾ ਖੁੱਲੀਆਂ ਵਾ, ਇੱਥੇ ਚਾਹ ਪਾਣੀ ਚੱਲਣ ਡਿਆ, ਕੋਈ ਦਰਬਾਰ ਵੀ ਖੁੱਲੀ। ਅਤੇ ਆਪਾਂ ਇੱਧਰ ਅੱਗੇ ਜਾ ਰਹੇ ਹਾਂ, ਅਤੇ ਇੱਧਰ ਇੱਕ ਪਾਰਕਿੰਗ ਆ ਗੱਡੀਆਂ ਦੀ, ਅਤੇ ਉੱਧਰ ਦੇਖ ਲਓ ਅੱਗੇ ਕੋਈ ਨਹੀਂ ਗਾ, ਮੀਂਹ ਪੈ ਰਿਹਾ ਪੂਰਾ ਬੁਲਬਲਿਆਂ ਬੁਲਬਲਿਆਂ। ਸਹੀ ਹੈ, ਸਾਹਮਣੇ ਮਾਰਕੀਟ ਵੀ ਆ, ਸਹੀ ਹੈ। ਅਤੇ ਮੀਂਹ ਪੈਣ ਡਿਆ ਪੂਰਾ ਐਂ ਸਿਰੇ ਦਾ, ਅਤੇ ਇੱਕ ਸ਼ੋਰਟ ਜਿਹਾ ਵਲੌਗ ਹੋਣਾ ਵਾ, ਇਹ 'ਚ ਸਿਰਫ ਅਸੀਂ ਆਪਣੀਆਂ ਗੱਲਾਂ ਗੁੱਲਾਂ ਝੜਨਾ ਕਰਨੀਆਂ। ਅਤੇ ਉਮੀਦ ਆ ਜੇ ਪਸੰਦ ਆਉਣਗੇ ਤਾਂ ਗਾਂ ਹੋਰ ਇੱਦਾਂ ਦੇ ਵਲੌਗ ਤਾਂ ਫਿਰ ਰੋਜ਼ ਹੀ ਆ ਜਾ ਕਰਨੇ ਆ। ਸਹੀ ਹੈ। ਅਤੇ ਨਾਲੇ ਅਗਲੇ ਸ਼ੁੱਕਰਵਾਰ, ਨਹੀਂ ਸ਼ੁੱਕਰਵਾਰ ਵੀ ਛੁੱਟੀ ਆ ਅਤੇ ਬੁੱਧਵਾਰ ਵੀ ਛੁੱਟੀ ਮੈਨੂੰ ਭਾਜੀ ਨੂੰ ਬੁੱਧਵਾਰ ਦੀ ਹੈ ਨਾ। ਅਤੇ ਇੱਧਰ ਦੇਖ ਲਓ ਅਸੀਂ ਆਏ ਹਾਂ, ਇੱਥੇ ਛੱਡ ਦਿਆ ਨਾ ਉੱਤੇ ਆ ਛੱਡ ਵਾ, ਅਤੇ ਆ ਛੱਤਰੀ ਅਸੀਂ ਕਰ ਲਈ ਸਾਈਡ ਨੂੰ। ਸਹੀ ਹੈ। ਅਤੇ ਤੁਹਾਨੂੰ ਦਿਖਾਉਂਦੇ ਹਾਂ ਮਾਰਕੀਟ ਤੋਂ ਬਾਕੀ ਗੱਲਾਂ, ਅਤੇ ਨਾਲੇ ਇਹ ਜਿਹੜਾ ਬਲੌਗ ਹੈ ਥੋੜ੍ਹਾ ਜਿਹਾ ਲੇਟ ਹੋ ਗਿਆ ਕਿਉਂਕਿ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਸੀਗਾ ਅਤੇ ਸਾਨੂੰ ਟਾਈਮ ਨਹੀਂ ਮਿਲ ਰਿਹਾ ਸੀਗਾ ਕਦੋਂ ਅਸੀਂ ਨਿਕਲੀਏ। ਮੀਂਹ ਪਈ ਜਾਂਦਾ, ਮੀਂਹ ਰੁਕਦਾ ਹੀ ਨਹੀਂ, ਅੱਜ ਅਸੀਂ ਸੋਚਿਆ ਨਿਕਲੀ ਜਾਈਏ ਬਾਹਰ। ਲੋਕੇਸ਼ਨ ਬਹੁਤ ਵਧੀਆ ਤੁਹਾਡੇ ਬੈਕ ਸਾਈਡ ਆ ਰਹੀ ਹੈ, ਦਿਖਾਉਂਦੇ ਹਾਂ ਬਾਕੀ ਇੱਧਰ ਉਹ ਗੱਡੀਆਂ ਜਾਣ ਡੀਆਂ, ਉਹ ਵੀ ਤੁਹਾਨੂੰ ਖੁੱਲ੍ਹੇ, ਉਹ ਗੱਡੀਆਂ ਵਗੈਰਾ ਵਾ ਉੱਧਰ, ਉੱਧਰ ਰੋਡ 'ਤੇ ਗੱਡੀਆਂ ਵਗੈਰਾ ਕੋਈ ਦਿਖਿਆ ਵੈਸੇ ਅੱਗੇ ਕੋਈ ਦਿਖਣਾ, ਤਿੰਨ ਚਾਰ ਜਾਣੇ ਦਿਖੇ ਆ। ਮੀਂਹ ਤਾਂ ਹੋਰ ਤੇਜ਼ ਹੋ ਗਿਆ ਆ। ਹਾਂ ਇੱਧਰ ਜਿਹੜੀ ਤੁਹਾਨੂੰ ਲੋਕੇਸ਼ਨ ਕਹਿੰਦੇ ਆਪਣੀ ਬੈਕ ਸਾਈਡ, ਮੀਂਹ ਬਹੁਤ ਤੇਜ਼। ਹਾਂ ਦੇਖੋ ਆਹ ਪਾਣੀ ਰੁੜਿਆ ਆਉਂਦਾ, ਅਤੇ ਆਹ ਦੇਖੋ ਥੱਲੇ ਇਹਨਾਂ ਨੇ ਬਣਾਇਆ, ਅਤੇ ਪਾਣੀ ਇੱਥੇ ਚੱਲ ਜੇ, ਜ਼ਿਆਦਾ ਅੱਗੇ ਨਾ ਜਾਵੇ, ਰੁੜੇ ਨਾ, ਰੁਕਿਆ ਵੀ ਇੱਥੇ, ਆਹ ਦੇਖੋ ਹੋਰ 'ਚ ਚੱਲ ਗਿਆ, ਜਿਹੜਾ ਕੋਈ ਰਹਿ ਗਿਆ ਇੱਥੇ ਚੱਲ ਜਾਣਾ। ਹਾਂਜੀ ਆਹ ਸਾਰੀ ਲੋਕੇਸ਼ਨ ਆ, ਉਹ ਆਪਣੀ ਚਰਚ ਆ ਸੈਂਟਰ ਵਾਲੀ। ਹਾਂਜੀ ਆਹ ਸੈਂਟਰ ਹੀ ਆ, ਦੂਸਰੇ ਪਾਸੇ ਆ ਅਸੀਂ। ਹੁਣ ਤੁਹਾਨੂੰ ਮਿਲਦੇ ਅੱਗੇ ਅਸੀਂ ਬਾਹਰ, ਤੇ ਅੱਗੇ ਚੱਲਦੇ ਆ, ਆਜੋ ਬਾਹਰ ਤੇ ਕਾਫੀ ਪੀਂਦੇ ਮਿਲਾਂਗੇ ਹੁਣ ਤੁਹਾਨੂੰ ਆਪਾਂ, ਕਿਉਂਕਿ ਠੰਡ ਬਹੁਤ ਆ। ਤਾਂ ਗਾਇਸ ਮੀਂਹ ਥੋੜ੍ਹਾ ਜਿਹਾ ਘੱਟ ਗਿਆ, ਅਤੇ ਆਪਾਂ ਛੱਤਰੀਆਂ ਬੰਦ ਕਰ ਲਈਆਂ, ਕਰ ਲਈਆਂ ਬੰਦ ਛੱਤਰੀਆਂ, ਐਡਾ ਵੀ ਨਹੀਂ ਘਟਿਆ ਹੋਵੇ, ਬਾਂਹ ਸਾਰੀ ਭਿੱਜ ਗਈ ਹੈ, ਮੀਂਹ ਮਤਲਬ ਪੈਣ ਡਿਆ ਵਾ, ਮਤਲਬ ਥੋੜ੍ਹਾ ਥੋੜ੍ਹਾ, ਮਤਲਬ ਬੂਰਜੀ ਪੈ ਰਹੀ ਆ, ਗੱਡੀਆਂ ਆ ਗਈਆਂ ਆ। ਅਤੇ ਹੁਣ ਅਸੀਂ ਅੱਗੇ ਜਾ ਰਹੇ ਹਾਂ ਆਪਣੇ ਕੌਫੀ ਪੀਣ, ਅੰਗਰੇਜ਼ੀ ਚਾਹ,
ਅੰਗਰੇਜ਼ੀ ਚਾਹ, ਅਸਲ ਚ ਹੈ ਅੰਗਰੇਜ਼ੀ ਜਿਹੜੀ ਆਪਣੀ ਚਾਹ ਵੀ ਅੰਗਰੇਜ਼ੀ ਆ। ਅੱਛਾ, ਆਪਣੇ ਹੋਰ ਪੰਜਾਬ ਦੀ ਥੋੜਾ। ਆ ਅਸੀਂ ਜਾਣ ਡੇ ਆ ਪਾਰਕ ਦੇ ਵਿੱਚੋਂ ਦੀ, ਦੇਖ ਲਓ ਤੇ ਤੁਸੀਂ ਵਿਊ ਵੇਖੋ ਕਿੱਡਾ ਸੋਹਣਾ ਵਾ। ਮੀਂਹ ਪੈ ਗਿਆ ਤੇ ਰੁੱਖ ਭਿੱਜੇ ਆ, ਅੰਦਰ ਨੂੰ ਦਿਖਾ ਲਓ ਪਾਰਕ ਵੱਲ ਵੀ, ਸਹੀ ਆ, ਬਹੁਤ ਸੋਹਣਾ ਨਜ਼ਾਰਾ ਵੀ ਜਿੱਦਾਂ ਜੰਗਲਾਂ ਦੇ ਵਿੱਚ ਵੀ ਜਾਣ ਡੇ ਹੁੰਦੇ ਆ। ਅਤੇ ਆਪਣੇ ਇੱਧਰ ਆ ਲਾਗੇ ਸੜਕ ਵਾ, ਸਹੀ ਆ, ਅਤੇ ਕਾਫੀ ਲੋਕ ਜਾ ਰਹੇ ਆ। ਮੀਂਹ ਥੋੜ੍ਹਾ ਥੋੜ੍ਹਾ ਪੈਣ ਡਿਆ, ਯਾਨੀ ਵੀ ਹੈ ਕਾਫੀ ਆ, ਆਪਾਂ ਨੂੰ ਥੋੜ੍ਹਾ ਜਾ ਪਿਆ ਉਹਦੇ ਕਰਕੇ। ਆ ਭਿੱਜੇ ਨਹੀਂ ਆ, ਖਤੜੀ ਆਪਾਂ ਦੋਹਰੇ ਖੋਲ੍ਹ ਲਈ, ਆ ਗੋਰਾ ਜਾ ਰਿਹਾ ਇੱਕ। ਹਾਂ, ਮੌਸਮ ਦੇ ਹਿਸਾਬ ਨਾਲ ਰੁੱਖ ਹੁਣ ਭਿੱਜੇ ਨਾ, ਬਹੁਤੇ ਸੋਹਣੇ ਲੱਗਣ ਡੇ ਆ। ਚਲੋ ਕੈਮਰੇ 'ਚ ਭਾਵੇਂ ਏਡੇ ਵਧੀਆ ਨਾ ਲੱਗਦੇ ਹੁਣ, ਪਰ ਅਸਲ ਦੇ 'ਚ ਰਿਐਲਿਟੀ 'ਚ ਬਹੁਤ ਸੋਹਣੇ ਲੱਗਣ ਡੇ ਆ। ਇੱਧਰ ਐਂਟਰੀ ਆਪਣੀ ਪਾਰਕ ਦੀ, ਸਹੀ ਆ, ਇੱਧਰ ਤਿੰਨ ਚਾਰ ਐਂਟਰੀਆਂ ਆ, ਅਤੇ ਕਾਫੀ ਐਂਟਰੀਆਂ ਜਿਹੀਆਂ ਚਾਰ ਸਵੇਰੇ, ਅਤੇ ਅੰਦਰ ਬਹਿਣ ਲਈ ਵੀ ਵੈਸੇ ਬਣਾਇਆ ਵਾ। ਅਤੇ ਉਹ ਆਪਣੇ ਸਾਹਮਣੇ ਉੱਥੇ ਸ਼ੌਪ ਆ, ਕੈਫੇ ਵਾਲੀ ਆ, ਅਤੇ ਪਰ ਆਪਾਂ ਜਾਣਾ ਚੀਨਿਆਂ ਦੇ, ਉੱਦਾਂ ਆਹ ਵਾ ਬਿਆਨਾ ਵਿੱਚ, ਵੈਸੇ ਨੋਰਮਲ ਬਹਿ ਜਾਈਦਾ ਵਾ, ਵਧੀਆ ਬਹਿਣ ਦਾ ਜਗਾਰ ਸੋਫੇ ਸਾਫੇ 'ਚ ਲੱਗੇ ਆ, ਪਰ ਆਪਾਂ ਚੀਨਿਆਂ ਦੀ ਬਾਰ 'ਤੇ ਜਾਣਾ, ਵਧੀਆ ਬਣਾਉਂਦੇ ਕੌਫੀ, ਅੱਗ ਵਾਲੀ ਬਾਰ ਵਾ, ਹੋ ਸਕਦਾ ਉੱਥੇ ਅੱਗ ਵੀ ਬਾਲਦੀ ਹੋਈ, ਫਿਰ ਤੁਹਾਨੂੰ ਦਿਖਾ ਲਾਂਗੇ ਉਹ ਵੀ ਵੀਡੀਓ ਬਣਾ ਕੇ, ਸਹੀ ਹੈ। ਅਤੇ ਚਲੋ ਹੁਣ ਮਿਲਦੇ ਤੁਹਾਨੂੰ ਫਿਰ ਅੱਗੇ, ਚੀਨਿਆਂ ਦੀ ਬਾਰ 'ਤੇ ਨਹੀਂ ਮਤਲਬ ਅੱਗੇ ਮਿਲਦੇ ਤੁਹਾਨੂੰ, ਅੱਗੇ ਮਿਲਦੇ ਘੇਰੀ ਹੋ ਗਈ ਆ, ਵੇਖੋ ਲੰਘਣ ਵਾਲੀ, ਅਤੇ ਆਪਾਂ ਲੰਘ ਰਹੇ ਹਾਂ, ਉਹ ਆਪਣੇ ਯਾਰ ਦੋਸਤ ਆ ਗਏ, ਸਾਡੇ ਯਾਰ ਆ ਗਏ ਆ, ਵੈਲੀ ਕਾਲੂ ਦੇ ਇੱਕ ਖਤਰਨਾਕ ਬੰਦਾ ਨਾਲ, ਉਹਨਾਂ ਦੀ ਅਜੇ ਲਾਲ ਬੱਤੀ, ਉਹ ਅਜੇ ਬਾਹਰ ਨਹੀਂ ਆਏ, ਸਹੀ ਹੈ, ਜਾਣਾ ਉਹਨਾਂ ਨੇ ਸਾਡੇ ਨਾਲ, ਉਹਨਾਂ ਨੇ ਕੌਫੀ ਪੀਣਾ। ਆਹ ਬਿਆਨਾ ਜਿਹੜਾ ਅਸੀਂ ਨਾਂ ਲੈਂਦੇ ਨਾ ਤੁਹਾਡੇ ਕੋਲ, ਜਿਹੜਾ ਬਿਆਨਾ ਕੈਫੇ, ਉਹ ਆ ਵਾ, ਸਹੀ ਹੈ। ਇੱਧਰ ਆ ਫਰੰਟ ਦੀ ਐਂਟਰੀ ਆ ਜੀ, ਉਹਨਾਂ ਨੂੰ ਵੈਸੇ ਇੱਥੇ ਪੈਂਦੇ ਨੇ, ਅੱਜ ਕਹਿੰਦੇ ਇੱਥੇ ਨਹੀਂ ਵੀ ਪੈਣਾ, ਚੀਨਿਆਂ ਦੀ ਬਾਰ 'ਤੇ ਪੈਣਾ, ਅਤੇ ਪੈਣਾ ਸਾਈਡ ਤੋਂ ਤੁਹਾਨੂੰ ਇੱਧਰੋਂ ਦਿਖਾ ਦਿੰਦੇ ਹਾਂ, ਤਾਂ ਉਹ ਦੇਖੋ ਮਿਲ ਰਹੇ ਆ ਅੱਗੇ, ਇਹਨਾਂ ਨੂੰ ਹੁਣ ਮਿਲਦੇ ਹਾਂ। ਆਹ ਅਸੀਂ ਹੁਣ ਅੱਗੇ ਆ ਗਏ ਹਾਂ ਬਾਰਾਂ ਦੇ ਵਿੱਚ, ਅਤੇ ਇੱਥੇ ਪਹਿਲਾਂ ਵੀ ਲਾਈਏ ਇੱਕ ਦੋ ਵੀਡੀਓ ਬਣਾਈਆਂ ਸ਼ੋਰਟ ਜੀ, ਅਤੇ ਬਹੁਤ ਸੋਹਣਾ ਵਿਊ, ਮਤਲਬ ਇੱਧਰ ਅਸੀਂ ਬਲੌਗ ਨਹੀਂ ਬਣਾਇਆ, ਉੱਦਾਂ ਛੋਟੀਆਂ ਰੀਲਾਂ ਬਣਾਈਆਂ। ਬਿਊਟੀ ਆ ਮੀਂਹ ਥੋੜ੍ਹਾ ਜਿਹਾ ਘਟਿਆ ਅੱਗੇ ਤੁਹਾਨੂੰ ਦੱਸਿਆ, ਹੁਣ ਥੋੜ੍ਹਾ ਜਿਹਾ ਤੇਜ਼ ਜਿੱਦਾਂ ਨਾ ਬੋਰਡ ਹੁੰਦੇ ਆ, ਤੁਹਾਨੂੰ ਦਿਖਾ ਦਿੰਦੇ ਰੁੱਖ, ਪਰ ਇਹ ਵੀ ਛੋਟੇ ਬੋਰਡ ਆ, ਲਾਏ ਡੈਕੋਰੇਸ਼ਨ ਵਾਸਤੇ, ਲਾਏ ਡੈਕੋਰੇਸ਼ਨ ਹੀ ਲਾਏ ਆ ਫਰੰਟ ਸਾਈਡ ਤੋਂ ਇਹਨੂੰ ਕਾਫੀ। ਇੱਦਾਂ ਦੇਖੋ ਇੱਧਰ ਆ ਬਿਆਨਾ ਦੀ ਬੈਕ ਸਾਈਡ ਆ, ਅਤੇ ਇੱਧਰ ਵਾਲਾ ਫਰੰਟ, ਇੱਧਰ ਨੂੰ ਜਾਣ ਡਿਆ ਉਹ ਨਾਲ ਦੇ ਸਾਡੇ ਚੱਲ ਗਏ ਬੰਦੇ, ਅਸੀਂ ਬਲੌਗ ਦਾ ਕਰਕੇ ਥੋੜ੍ਹਾ ਜਿਹਾ ਪਿੱਛੇ ਹਾਂ, ਕਦੇ ਭੇਜ ਗਏ ਹਾਂ ਬਲੌਗ 'ਚ, ਅਸੀਂ ਤੁਹਾਨੂੰ ਹੁਣ ਬਾਹਰ ਵੀ ਦਿਖਾਉਂਦੇ ਹਾਂ, ਸਹੀ ਹੈ। ਅਤੇ ਆਇਆ ਬਲੌਗ ਇਸ ਲਈ ਲੇਟ ਹੋਇਆ, ਤੁਹਾਨੂੰ ਅੱਗੇ ਵੀ ਦੱਸਿਆ, ਕਿਉਂਕਿ ਮੈਨੂੰ ਦੋ ਤਿੰਨ ਜਾਣਿਆਂ ਨੇ ਕਿਹਾ, ਮਤਲਬ ਸਪੈਸ਼ਲ ਕਿਹਾ ਕਿ ਬਲੌਗ ਕਿਉਂ ਨਹੀਂ ਆ ਰਿਹਾ, ਅਤੇ ਪਿਛਲੇ ਨਗਰ ਕੀਰਤਨ ਵਾਲਾ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਸਾਨੂੰ ਬਹੁਤ ਵਧੀਆ ਲੱਗਿਆ, ਉਮੀਦ ਹੈ, ਬਹੁਤ ਵਧੀਆ, ਉਮੀਦ ਹੈ ਕਿ ਇੱਦਾਂ ਹੀ ਤੁਸੀਂ ਅੱਗੇ ਸਪੋਰਟ ਕਰੀ ਜਾਓਗੇ। ਸਪੋਰਟ ਇੱਦਾਂ ਹੀ, ਆ ਜੇ ਆ ਗਈ ਬਾਹਰ, ਉਹ ਦੇ ਚੱਕੋ ਬਾਹਰ, ਅਤੇ ਆਪਾਂ ਉੱਥੇ ਜਾਣਾ, ਇਹਨਾਂ ਨੇ ਕੀਤੀ ਆ ਬੰਦ, ਆ ਬਾਰਾਂ ਵਾ ਲਾਈਟਾਂ ਲਾਈਆਂ ਅੱਜ, ਅਸਲ 'ਚ ਦੋ ਬਾਰਾਂ ਵਾ, ਪਰ ਇੱਕ ਜਾਣੇ ਇੱਕੋ ਹੀ ਆ, ਮਤਲਬ ਇੱਕ ਜਾਣੇ ਦੀ ਆ, ਆ ਵਾ ਇੱਥੇ ਤਾਂ ਬੁਰਜ ਖਲੀਫਾ ਆ, ਬੁਰਜ ਖਲੀਫਾ ਅਸੀਂ ਨਾਂ ਰੱਖਿਆ, ਅਤੇ ਆ ਜਾਓ ਉੱਥੇ ਮਿਲਦੇ ਹਾਂ। ਅਤੇ ਕੌਫੀ ਲਈ ਆ ਪੀ, ਅਤੇ ਬਾਹਰ ਆ ਗਏ ਬਾਰ ਦੇ, ਜੱਗੂ ਕਹਿੰਦਾ ਕਿ ਗੇੜਾ ਲਾ ਲਈਏ, ਖੋਲ੍ਹ ਫਿਰ ਛਤਰੀ ਆ ਜਾ ਲਾਈਏ ਗੇੜਾ, ਅਤੇ ਫਤਿਹ ਦਾ ਪੈਰਾ ਹੀ ਜਿੱਦਾਂ ਲਾ ਲਓ ਆਪਣਾ, ਤੁਹਾਨੂੰ ਪਤਾ ਆਪਣਾ ਫਤਿਹ ਦਾ ਪੈਰਾ ਹੀ ਹੁੰਦਾ, ਖੋਲ੍ਹ ਛਤਰੀ ਉਹ ਭੇਜਣਾ ਹੀ, ਸਹੀ ਹੈ। ਅਤੇ ਆ ਅਸੀਂ ਹੁਣ ਲਾਉਂਡੇ 'ਚ ਗੇੜਾ, ਅਤੇ ਆ ਚਾਰ ਸਵੇਰਾ ਤੁਹਾਨੂੰ ਦਿਖਾਈ ਜਾਂਦੇ ਹਾਂ ਅਸੀਂ, ਅਤੇ ਐਂਡ ਅਸੀਂ ਕਰਨਾ ਬੁਰਜ ਖਲੀਫੇ ਵਾਲੇ ਸ਼ੀਸ਼ੇ ਲਾਗੇ, ਅਸਲ ਥੱਲੇ ਪਾਰਕਿੰਗ ਆ ਨਾ ਗੱਡੀਆਂ ਦੀ, ਅਤੇ ਅਸੀਂ ਤਾਂ ਆਪ ਹੀ ਨਾ ਬੁਰਜ ਖਲੀਫਾ ਰੱਖਿਆ ਉਹਨੇ, ਤੁਹਾਨੂੰ ਆਹ ਦਿਖਾਉਂਦੇ ਹਾਂ ਜੀ ਸ਼ੀਸ਼ੇ ਥਾਣੇ, ਆਹ ਸ਼ੀਸ਼ਾ ਵਾ, ਅਤੇ ਆਹ ਆਪਣਾ ਬੁਰਜ ਖਲੀਫਾ ਵਾ, ਆਹ ਥੱਲੇ ਇਹਦੇ ਪਾਰਕਿੰਗ ਆ, ਇੱਥੋਂ ਨਹੀਂ ਕੋਈ ਡੀ ਕਲੀਅਰ ਦਿਖਣੀ, ਸਹੀ ਆ।
ਤੇ ਆ ਇੱਧਰ ਆ ਸਾਈਡ ਵੇਖ ਲਓ ਕਾਫੀ ਵਧੀਆ ਬੱਦਲ ਅਜੇ ਵੀ ਫੁੱਲ ਘੁਲਿਆ 15 ਦਿਨ ਇਹ ਮੀਂਹ ਦੱਸਿਆ ਬਾਕੀ ਇਸੇ ਕੋਈ ਪਤਾ ਨਹੀਂ ਹੁਣੇ 5 ਮਿੰਟ ਧੁੱਪ ਲੱਗ ਜਾਵੇ ਤੇ ਬਾਅਦ ਮੀਂਹ ਪੈਣ ਡਿਆ ਵੇ ਸਹੀ ਆ ਤੇ ਆਹ ਆਪਣੀ ਬਾਰ ਵਾ ਜਿੱਥੋਂ ਹੀ ਕਾਫੀ ਛਕੀ ਹੈ ਅਤੇ ਆਹ ਬਾਹਰ ਵਾ ਵੈਸੇ ਬਹਿਣ ਲਈ ਬਾਹਰ ਦਾ ਹੁਣ ਮੀਂਹ ਪੈਣ ਡਿਆ ਦੇ ਕਰਕੇ ਨਾ ਛਤਰੀਆਂ ਕੀਤੀਆਂ ਡਾਊਨ ਅਤੇ ਬਾਹਰ ਨਹੀਂ ਕੋਈ ਬੈਠਾ ਸਾਰੇ ਅੰਦਰ ਹੀ ਆ ਅਤੇ ਉਮੀਦ ਆ ਤੁਹਾਨੂੰ ਵਲੋਗ ਵਧੀਆ ਲੱਗੂਗਾ ਮੀਂਹ ਦੇ ਵਿੱਚ ਅਸੀਂ ਪਹਿਲਾਂ ਵਲੋਗ ਬਣਾਇਆ ਵਾ ਠੀਕ ਹੈ ਤਾਂ ਕਾਫੀ ਹੁਣ ਪਿਆਰ ਮਿਲ ਡਿਆ ਪਿਆ ਸਰੋਤਿਆਂ ਤੋਂ ਤੁਹਾਡੇ ਤੋਂ ਅਤੇ ਇੱਦਾਂ ਹੀ ਵਲੋਗ ਨਵੇਂ ਤੋਂ ਨਵੇਂ ਆਉਣਗੇ ਅਤੇ ਥੋੜ੍ਹੇ ਟਾਈਮ ਤੱਕ ਅਸੀਂ ਇੱਕ ਚੈਨਲ ਸਟਾਰਟ ਕਰਨਾ ਵਾ ਹੋਰ ਵੈਸੇ ਆਪਣੇ ਸਪੇਨ ਵਾਲੇ ਆਪਣਾ ਚੈਨਲ ਆ ਉੱਥੋਂ ਸਿੱਧੂ ਦੀਆਂ AI ਵੋਇਸ ਦੇ ਵਿੱਚ ਵੀਡੀਓ ਅਸੀਂ ਪਾਉਂਦੇ ਹਾਂ ਸੌਂਗ ਪਾਈਦੇ ਆ ਨਵੇਂ ਨਵੇਂ AI ਕਰਕੇ ਜਿਹੜੇ ਲਾਈਕ ਸਾਨੂੰ ਲੱਗਦਾ ਵੀ ਉਹਦੀ ਵੋਇਸ ਨੂੰ ਸ਼ੂਟ ਕਰਦੇ ਆ ਅਤੇ ਇੱਕ ਹੋਰ ਚੈਨਲ ਬਣਾਵਾਂਗੇ ਉੱਤੇ ਅਸੀਂ ਸਿੱਖੀ ਦੇ ਰਿਲੇਟਡ ਪਾਇਆ ਕਰਾਂਗੇ ਕਾਲ ਫਤਿਹ ਹੋਇਆ ਕਰੂਗੀ ਉੱਤੇ ਅਤੇ ਬਾਕੀ ਥੋੜ੍ਹੇ ਟਾਈਮ ਤੱਕ ਅਜੇ ਟਾਈਮ ਲੱਗਿਆ ਹੋ ਸਕਦਾ ਵੀ ਮਹੀਨਾ ਲੱਗ ਜੇ ਅਤੇ ਬਾਕੀ ਨਾਲ ਦੀ ਨਾਲ ਤੁਹਾਨੂੰ ਦੱਸਦੇ ਜਾਵਾਂਗੇ ਅਤੇ ਬਾਕੀ ਜਿਹੜੇ ਬਲੌਗ ਆ ਉਹ ਤੁਹਾਨੂੰ ਲਗਾਤਾਰ ਨਹੀਂ ਦੇਖਣ ਨੂੰ ਮਿਲੂਗੇ ਲਗਾਤਾਰ ਥੋੜ੍ਹਾ ਟਾਈਮ ਬਾਅਦ ਕਿਉਂਕਿ ਅਸੀਂ ਸਕੂਲੇ ਵੀ ਜਾਈਦੇ ਆ ਅਤੇ ਭਾਅ ਜੀ ਵੀ ਕੰਮ 'ਤੇ ਜਾਂਦੇ ਆ ਅਤੇ ਅਸੀਂ ਹਫ਼ਤੇ ਸ਼ਨੀ ਐਤਵਾਰ ਅਸੀਂ ਬਲੌਗ ਬਣਾਉਣ ਨੂੰ ਸਾਨੂੰ ਟਾਈਮ ਮਿਲਦਾ ਅਤੇ ਐਤਕੀ ਬੁੱਧਵਾਰ ਸਾਨੂੰ ਛੁੱਟੀ ਆ ਅਤੇ ਬੁੱਧਵਾਰ ਜੇ ਟਾਈਮ ਮਿਲਿਆ ਅਸੀਂ ਬਲੌਗ ਜ਼ਰੂਰ ਬਣਾਵਾਂਗੇ ਉੱਦਣ ਵੀ ਮੀਂਹ ਦੱਸਿਆ ਆ ਮੀਂਹ ਦੇ ਵਿੱਚ ਹੁਣ ਵੀ ਤੇਜ਼ ਹੋ ਗਿਆ ਵਾ ਫਿਰ ਹੋ ਗਿਆ ਤੇਜ਼ ਪਰ ਇਹ ਬੁਲਬਲਿਆਂ ਵਾਲਾ ਨਹੀਂ ਹੋਇਆ ਮਤਲਬ ਹੋ ਜਾਣਾ ਘੜੀ ਤੱਕ ਤੇਜ਼ ਹੋ ਗਿਆ ਅਤੇ ਉਮੀਦ ਆ ਤੁਹਾਨੂੰ ਵਲੌਗ ਵਧੀਆ ਲੱਗੂਗਾ ਠੀਕ ਹੈ ਮਿਲਦੇ ਹੁਣ ਨੈਕਸਟ ਵਲੌਗ ਦੇ ਵਿੱਚ ਇਸ ਵਲੌਗ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ ਤੁਸੀਂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਥੋਕੇ ਕਮੈਂਟ ਬਾਏ ਬਾਏ।